ਉਹ ਪੈਰ 'ਚ ਫ੍ਰੈਕਚਰ ਆ, ਹੱਡੀ ਥੋੜ੍ਹੀ ਜਿਹੀ, ਉਹਦਾ ਆਪਰੇਸ਼ਨ ਕਰਨਾ ਉਹਨਾਂ ਨੇ, ਤੋ ਕਰਨ ਨਹੀਂ ਦੇ ਅੱਜ ਤੱਕ। ਡਾਕਟਰ ਕਹਿ ਰਹੇ ਵੀ ਇੱਥੇ ਏਸੀ ਨਹੀਂ ਚੱਲ ਰਹੇ, ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆਪ। ਪਰਸੋਂ ਦੇ ਅਸੀਂ ਆਉਂਦੇ ਪਏ ਹਾਂ ਜੀ, ਏ ਸੀ ਨਹੀਂ ਚੱਲਦਾ ਪਿਆ, ਮੈਡਮ ਕਹਿੰਦੇ ਵੀ ਅਸੀਂ ਇੱਦਾਂ ਓਪਰੇਟ ਨਹੀਂ ਕਰ ਸਕਦੇ, ਟਾਂਕਿਆਂ ਦੇ ਵਿੱਚ ਪਸੀਨਾ ਪਊਗਾ, ਟਾਂਕੇ ਖਰਾਬ ਹੋਣਗੇ। ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ, ਅੱਜ ਕਰ ਦਿੰਦੇ, ਬਹਿ ਕੇ ਹੀ ਕੱਜੋ ਖਰਾਬ ਹੋ ਕੇ ਚਲ ਜਾਂਦੇ ਹਾਂ, ਏ ਸੀ ਦੀ ਵਜ੍ਹਾ ਕਾਰਨ ਪ੍ਰੈਸ਼ਰ ਵੀ ਕਰਨ ਦੇ। ਕਹਿੰਦੇ ਏ ਸੀ ਖਰਾਬ, ਤੁਸੀਂ ਏ ਸੀ ਠੀਕ ਕਰਾ ਦਿਓ, ਚੁੱਪ ਕਰਕੇ ਉਹ ਜਿਹੜੇ ਪੈਸੇ ਪਾਉਂਦੇ ਆ ਗੌਰਮੈਂਟ ਨੂੰ ਪਾਓ। ਚਾਹੁੰਦੇ ਹਾਂ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ, ਸਾਡੇ ਕਰਨ ਦਾ ਅਸੀਂ ਫਿਰ ਵੀ ਖੜ੍ਹੇ ਹੋ ਗਏ, ਪਸੀਨੇ ਦੇ ਵਿੱਚ ਕਰ ਦਿੰਦੇ ਹਾਂ, ਪਰ ਜਿਹੜਾ ਪਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ, ਅਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ, ਜਿਹੜੀ ਕਿ ਉਸ ਤੋਂ ਬਾਅਦ ਉਹਦੀ ਜਾਨ 'ਤੇ ਵੀ ਖਤਰਾ ਬਣ ਸਕਦਾ। ਘੰਟਾ ਦੋ ਚੱਲੇ ਘੰਟੇ, ਪੈਰ ਦੀ ਹੱਡੀ ਦੋ ਨਹੀਂ ਢਾਈ ਘੰਟੇ ਤੋਂ ਉੱਤੇ ਹੋ ਗਿਆ, 9:30 ਦੇ ਆਏ ਆ, ਉਹ ਪੈਰ 'ਚ ਫ੍ਰੈਕਚਰ ਆ, ਹੱਡੀ ਥੋੜ੍ਹੀ ਜਿਹੀ, ਉਹਦਾ ਆਪਰੇਸ਼ਨ ਕਰਨਾ ਉਹਨਾਂ ਨੇ, ਤੋ ਕਰਨ ਨਹੀਂ ਦੇ ਅੱਜ ਤੱਕ। ਡਾਕਟਰ ਕੀ ਕਹਿੰਦੇ, ਹੜਤਾਲ ਕੀਤੀ ਆ, ਬੰਦਾ ਹੜਤਾਲ ਕਾਹਦੀ, ਤੁਸੀਂ ਬੰਦੇ ਤਾਂ ਤੁਸੀਂ ਠੀਕ ਕਰੋ। ਕਹਿੰਦੇ ਏ ਸੀ ਖਰਾਬ, ਤੁਸੀਂ ਏ ਸੀ ਠੀਕ ਕਰਾ ਦਿਓ, ਚੁੱਪ ਕਰਕੇ ਉਹ ਜਿਹੜੇ ਪੈਸੇ ਪਾਉਂਦੇ ਆ ਗੌਰਮੈਂਟ ਨੂੰ ਪਾਓ, ਜੇ ਸਰਕਾਰੀ ਹੋਸਪਿਟਲ ਆ ਤਾਂ ਠੀਕ ਨਹੀਂ, ਕੋਈ ਸਹੂਲਤ ਨਹੀਂ ਆਏਗੀ, ਕੋਈ ਸਹੂਲਤ ਨਹੀਂ ਦਿੱਤੀ ਭਗਵੰਤ ਮਾਨ ਨੇ। ਜਿਹੜਾ ਨੰਬਰ ਲਾਂਚ ਕੀਤਾ, ਮੈਂ ਕਹਿੰਦਾ ਉੱਥੇ ਕੰਪਲੇਂਟ ਕਰਨੀ ਪੈਣੀ ਲੱਗਦਾ ਇਸ ਹਿਸਾਬ ਨਾਲ, ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ। 3-4 ਦਿਨ ਹੋ ਗਿਆ ਜੀ ਡਿਲੀਵਰੀ ਕੇਸ ਹੋਣ। ਕੀ ਕਹਿ ਰਹੇ ਡਾਕਟਰ? ਡਾਕਟਰ ਕਹਿ ਰਿਹਾ ਵੀ ਇੱਥੇ ਏ ਸੀ ਨਹੀਂ ਚੱਲ ਰਹੇ, ਅਤੇ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆਪ। 3-4 ਦਿਨ ਤਾਂ ਹੋ ਗਿਆ ਜੀ ਖੱਜਲ ਖਰਾਬ ਹੁੰਦਿਆਂ, ਕੱਲ੍ਹ ਨੂੰ ਬੱਚੇ ਨੂੰ ਕੁਛ ਹੋ ਜਾਵੇ ਜਾਂ ਕੋਈ ਮਰੀਜ਼ ਨੂੰ ਕੁਛ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਆ? ਸਾਨੂੰ ਤਾਂ ਦਿਖ ਨਹੀਂ ਰਿਹਾ ਕੋਈ ਫੈਸਿਲਿਟੀ ਮਿਲਣ ਦੀ, ਇਹ ਤਾਂ ਕੋਈ ਪਤਾ ਨਹੀਂ ਲੱਗਣ ਦਿਆ। 3-4 ਦਿਨ ਹੋ ਗਿਆ ਖਰਾਬ ਹੁੰਦੇ, ਜੇ ਕੋਈ ਸਹੂਲਤ ਮਿਲਣ ਦੀ ਹੁੰਦੀ ਤਾਂ ਇੱਦਾਂ ਖੱਜਲ ਖਰਾਬ ਨਾ ਹੁੰਦੇ। ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤਾਂ ਹੋ ਹੀ ਰਹੇ ਖੱਜਲ ਖਰਾਬ, ਕੋਈ ਹੋਰ ਨਾ ਹੋਵੇ, ਜੋ ਸਹੂਲਤਾਂ ਚਾਹੀਦੀਆਂ ਵਾ ਹਸਪਤਾਲ ਵਿੱਚ ਉਹ ਮਿਲਣ। ਮੇਰਾ ਨਾਂ ਕੋਮਲ ਮਲਿਕ ਆ। ਪਰਸੋਂ ਦੇ ਅਸੀਂ ਆਉਂਦੇ ਪਏ ਹਾਂ ਜੀ, ਏ ਸੀ ਨਹੀਂ ਚੱਲਦਾ ਪਿਆ, ਮੈਡਮ ਕਹਿੰਦੇ ਵੀ ਅਸੀਂ ਇੱਦਾਂ ਓਪਰੇਟ ਨਹੀਂ ਕਰ ਸਕਦੇ, ਟਾਂਕਿਆਂ ਦੇ ਵਿੱਚ ਪਸੀਨਾ ਪਊਗਾ, ਟਾਂਕੇ ਖਰਾਬ ਹੋਣਗੇ। ਹਾਂਜੀ, ਉਹ ਕਹਿ ਰਹੇ ਸਵੇਰੇ ਏ ਸੀ ਲਵਾ ਦੇਣ ਅਤੇ ਫਿਰ ਸਵੇਰ ਸੁਬਹਾ ਕਰ ਦੇਵਾਂਗੇ ਅਸੀਂ। ਇੱਦਾਂ ਥੋੜ੍ਹੀ ਰਹਿ ਸਕਦੇ ਹੋ ਜੀ, ਓਪਰੇਟ ਦਿੱਤਾ ਹੋਇਆ ਆ, ਫਿਰ ਓਪਰੇਟ ਤਾਂ ਕਰਾਉਣਾ ਹੀ ਹੈ ਜੀ। ਟਾਈਮ ਦਿੱਤਾ ਹੋਇਆ, ਅੱਜ ਦਾ ਟਾਈਮ ਦਿੱਤਾ ਸੀਗਾ, ਅੱਜ ਫਿਰ ਉਹਨਾਂ ਨੇ ਬੋਲਿਆ ਵੀ ਕੱਲ੍ਹ ਨੂੰ ਕਰਾਂਗੇ ਤੁਹਾਡਾ ਓਪਰੇਟ, ਏ ਸੀ ਨਹੀਂ ਚੱਲ ਰਹੇ। ਬਲਵਿੰਦਰ ਕੌਰ, 3-4 ਦਿਨ ਤੋਂ ਆ ਰਹੇ ਹਾਂ, ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ, ਅੱਜ ਕਰ ਦਿੰਦੇ, ਬਹਿ ਕੇ ਹੀ ਕੱਜੋ ਖਰਾਬ ਹੋ ਕੇ ਚਲ ਜਾਂਦੇ ਹਾਂ, ਏ ਸੀ ਦੀ ਵਜ੍ਹਾ ਕਾਰਨ ਪ੍ਰੈਸ਼ਰ ਵੀ ਕਰਨ ਦੇ। ਇੱਦਾਂ ਤਾਂ ਨੁਕਸਾਨ ਹੋ ਵੀ ਸਕਦਾ ਕੋਈ ਦਾ ਕੋਈ, ਪਰ ਗਰੀਬ ਬੰਦਾ ਫਿਰ ਕਿੱਥੇ ਚਾਹੇ, ਆਸਣਾ ਹੁੰਦਾ ਇੱਥੇ, ਅਤੇ ਇਹ ਸਾਨੂੰ ਲਾਰੇ ਲਾਈ ਜਾਂਦੇ ਆ। ਸਹੂਲਤਾਂ ਸਾਨੂੰ ਤਾਂ ਮੌਕੇ ਦੇ ਨਾਲ ਕਿਹਾ ਸਕੈਨ ਬਾਹਰੋਂ ਕਰਾ ਕੇ ਲਿਆਏ, ਸਕੈਨਾਂ ਵੀ ਬਾਹਰੋਂ ਕਰਾਈਆਂ, ਟੈਸਟ ਬਾਹਰੋਂ ਕਰਾ ਕੇ ਲਏ ਹਾਂ, ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ। ਕੱਲ੍ਹ ਦੇ ਜਿਹੜੇ ਸੈਂਟਰ ਸਾਡਾ ਏ ਸੀ ਆ, ਉਹ ਸਾਡਾ ਕੱਲ੍ਹ ਦੇ ਟ੍ਰਿਪ ਕਰ ਗਿਆ ਹੈ, ਅਸੀਂ ਸਟੇਟ ਦੇ ਉੱਪਰ ਗੱਲ ਕੀਤੀ ਸੀ ਜਿਹੜੇ ਕਿਸੇ ਏਸ ਚੱਲਦੀ ਸਰਵਿਸ ਚੱਲਦੀ ਹੈ, ਉਹ ਚੰਡੀਗੜ੍ਹ ਟੀਮ ਆਉਣੀ, ਚੰਡੀਗੜ੍ਹ ਤੋਂ ਆਉਣੀ ਹੈ, ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕੀਤੀ, ਕੱਲ੍ਹ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਕਹਿੰਦੇ ਠੀਕ ਹੋ ਜਾਂਦੇ ਸੀ। ਪਹਿਲਾਂ ਸਾਡੇ ਕੰਮ ਸਪਿਟ ਏ ਸੀ ਦਾ ਲੱਗਾ ਹੈ, ਦੋ ਏ ਸੀ, ਇੱਕ 'ਚ ਸਪਿਟ ਏ ਸੀ ਚੱਲ ਰਿਹਾ, ਅਤੇ ਦੂਸਰੇ ਸਪਿਟ ਏ ਸੀ ਉਹ ਕਹਿ ਰਹੇ ਕਿ ਉਹ 'ਚ ਕੂਲਿੰਗ ਨਹੀਂ ਹੋ ਰਹੀ, ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ, ਅਸੀਂ ਅੱਜ ਬੁਲਾਇਆ ਸੀ, ਉਹ ਠੀਕ ਕਰ ਰਿਹਾ।
ਗਾਇਨੀ ਓਟੀ ਦਾ ਚੱਲ ਰਿਹਾ, ਸਾਡਾ ਸਪੀਟ ਏ ਸੀ ਚੱਲ ਰਿਹਾ, ਉਹਦੇ ਕੋਲ ਠੀਕ ਹੈ। ਆਰਥੋ ਓਟੀ ਦੀ ਪ੍ਰੋਬਲਮ ਆ ਰਹੀ ਹੈ, ਉਹਦਾ ਸਪੀਟ ਏ ਸੀ ਵੀ ਕੱਲ੍ਹ ਵੀ ਖਰਾਬ ਹੋ ਗਿਆ ਦੋਨੇ, ਅਤੇ ਸੈਂਟਰਲ ਏ ਸੀ ਵੀ ਦੋਨੋਂ ਉਹ ਕੱਲ੍ਹ ਠੀਕ ਕੀਤਾ ਹੈ। ਇਹ ਸਾਡੀ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਹੈ, ਚੇਅਰਮੈਨ ਸਾਹਿਬ ਦੀ ਗੱਲ ਹੋਈ ਹੈ, ਚੇਅਰਮੈਨ ਖੁਦ ਫੋਨ ਕੀਤਾ ਉਹਨੂੰ, ਉਹ ਕਹਿੰਦਾ ਅੱਜ ਸ਼ਾਮ ਤੱਕ ਜਾਂ ਮੈਂ ਕੱਲ੍ਹ ਤੱਕ ਤੁਹਾਡਾ ਸੈਂਟਰਲ ਏ ਸੀ ਠੀਕ ਕਰਦਾ। ਜਿਹੜੇ ਸਾਡੇ ਓਟੀ ਹੈ ਉਹ ਸੈਂਟਰਲੀ ਏ ਸੀ ਹੈ, ਜਿਹਦੀ ਮਤਲਬ ਸੈਂਟਰਲੀ ਸਪਲਾਈ ਹੈ ਏ ਸੀ ਦੀ, ਏਅਰ ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਰੱਖਣ ਵਾਸਤੇ, ਜਿਹਦੇ ਨਾਲ ਕਿ ਅਸੀਂ ਓਪਰੇਟ ਕਰ ਸਕਦੇ ਹਾਂ। ਅਤੇ ਜਿਹੜੇ ਏ ਸੀ ਸਾਡੇ ਉਹ ਪਿਛਲੇ ਇੱਕ ਹਫ਼ਤੇ ਤੋਂ ਬੰਦ ਹੈ, ਜਿਹਦੇ ਕਰਕੇ ਸਾਨੂੰ ਓਪਰੇਟ ਕਰਨ ਦੇ ਵਿੱਚ ਔਰਥੋਟੀ ਅਤੇ ਗਾਇਨੀ ਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ, ਅਤੇ ਆਪਾਂ ਓਪਰੇਟ ਕਰ ਨਹੀਂ ਪਾ ਰਹੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਅਤੇ ਸਵੈਟਿੰਗ ਹੋ ਜਾਂਦੀ ਹੈ। ਅਤੇ ਉਦੋਂ ਦਾ ਅਸੀਂ ਕਰ ਰਹੇ ਹਾਂ ਥੋੜ੍ਹਾ ਬਹੁਤਾ, ਬਟ ਉਹਦਾ ਕੋਈ ਸਲਿਊਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ। ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਸੀਗੀ ਇਹ ਖਰਾਬ ਹੋਏ ਪਏ ਹੈ, ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ। ਸਿਰਫ ਇੱਕ ਗਾਇਨੀ ਦੇ ਵਿੱਚ ਉਹਨਾਂ ਨੇ ਵਿੰਡੋ ਏ ਸੀ ਇੱਕ ਲਗਾਇਆ ਸੀ, ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ, ਜਦਕਿ ਇਹ ਸੈਂਟਰਲੀ ਏ ਸੀ ਕੰਸੈਪਟ ਹੈ, ਇੱਕ ਵਿੰਡੋ ਏ ਸੀ ਨਾਲ ਪੂਰਾ ਆਪਾਂ ਉਹਨੂੰ ਓਟੀ ਨੂੰ ਰਨ ਨਹੀਂ ਕਰ ਸਕਦੇ ਹੈ। ਅਸੀਂ ਚਾਹੁੰਦੇ ਹਾਂ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਅਸੀਂ ਫਿਰ ਵੀ ਖੜ੍ਹੇ ਹੋ ਗਏ, ਪਸੀਨੇ ਦੇ ਵਿੱਚ ਕਰ ਦਿੰਦੇ ਹਾਂ, ਪਰ ਜਿਹੜਾ ਪਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ, ਅਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ, ਜਿਹਦੀ ਕਿ ਉਸ ਤੋਂ ਬਾਅਦ ਉਹਦੀ ਜਾਨ 'ਤੇ ਵੀ ਖਤਰਾ ਬਣ ਸਕਦਾ ਆ, ਜਾਂ ਪੇਸ਼ੈਂਟ ਬਾਅਦ ਵਿੱਚ ਸਾਨੂੰ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ। ਸੋ ਅਸੀਂ ਰਿਕੁਐਸਟ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ, ਸੋ ਦੈਟ ਕਿ ਅਸੀਂ ਪ੍ਰੋਪਰਲੀ ਕੰਮ ਕਰ ਸਕੀਏ ਅਤੇ ਪੇਸ਼ੈਂਟਾਂ ਨੂੰ ਕੋਈ ਪ੍ਰੋਬਲਮ ਨਾ ਆਏ। ਹਾਂਜੀ, ਸਾਰੇ ਗਾਇਨੀਕੋਲੋਜਿਸਟ ਨੇ, ਔਰਥੋਪੈਡਿਕ ਸਰਜਨ ਅਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ 'ਚ ਪੋਸਟਪੋਨ ਕੀਤੀਆਂ ਸੀ, ਤਾਂ ਕਿ ਸ਼ਾਇਦ ਕੱਲ੍ਹ ਤੱਕ ਕੋਈ ਹੋ ਜਾਏ, ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ ਇੱਕ ਦੋ ਦਿਨ ਦੇ ਵਿੱਚ ਸ਼ਾਇਦ ਠੀਕ ਹੋ ਜਾਏ।